ਮੈਂ ਗੱਲ ਕਰਨੀ ਆ ਟਾਈਗਰ ਬਾਰੇ। ਬਾਈ ਬੈਠਾ ਪ੍ਰਿੰਕਲ, ਕਿਵੇਂ ਪ੍ਰਿੰਕਲ? ਬਹੁਤ ਵਧੀਆ ਵੀਰੇ, ਬਹੁਤ ਵਧੀਆ। 2 ਮਿੰਟ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿੱਦਾਂ ਹੰਨੀ ਇਧਰੋਂ ਵੀਰ ਆਪਣਾ ਲਾਈਵ ਸੀਗਾ ਤੇ ਮੈਂ ਇਧਰੋਂ ਦੂਜੇ ਪਾਸਿਓ ਆਪਣੇ ਪੇਜ ਤੋਂ ਵੀ ਸ਼ੇਅਰ ਕਰਤਾ ਕਿ ਜਿੰਨੇ ਸਾਡੇ ਨਾਲ ਭਰਾ ਜੁੜੇ ਨੇ ਦੋਨਾਂ ਆਈਡੀਆਂ ਤੋਂ ਦੇਖਣ ਕਿ ਅਸੀਂ ਕੀ ਕਿਸ ਟੋਪਿਕ ਤੇ ਤੁਹਾਡੇ ਨਾਲ ਗੱਲ ਕਰਨੀ ਹੈ। ਸੋ ਪਹਿਲੇ ਤੁਹਾਨੂੰ ਬੇਨਤੀ ਕਰਦੇ ਆ ਕਿ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਤੇ ਦੇਖੋ ਸਵੇਰੇ ਉੱਠ ਕੇ ਪਹਿਲੇ ਬਾਪੂ ਬਲਕੌਰ ਸਿੰਘ ਜੀ ਨਾਲ ਗੱਲ ਹੋਈ ਜਿਹੜੇ ਕਿ ਸਵਰਗਵਾਸੀ ਸਿੱਧੂ ਮੂਸੇਵਾਲਾ ਸਾਹਿਬ ਦੇ ਫਾਦਰ ਨੇ। ਉਹਨਾਂ ਨੂੰ ਇਹੀ ਕਿਹਾ ਗਿਆ ਕਿ ਤੁਹਾਡੇ ਬੱਚਿਆਂ, ਇੱਕ ਸਿੱਧੂ ਨਹੀਂ ਸਾਰਾ ਪੰਜਾਬ ਤੁਹਾਡੇ ਲਈ ਸਿੱਧੂ ਹੈ, ਬਿਲਕੁਲ ਤੁਹਾਡੇ ਬੱਚੇ ਆ, ਸਾਡੀਆਂ ਗੱਡੀਆਂ, ਜਿੱਥੇ ਤੁਸੀਂ ਹੁਕਮ ਲਾਓਗੇ ਤੁਹਾਡੇ ਲਈ ਪੂਰਾ ਲੁਧਿਆਣਾ ਲੈ ਕੇ ਖੜਾਂਗੇ। ਬਾਪੂ ਜੀ ਆਹ ਗੱਲ ਕੀਤੀ। ਇਹ ਬੰਦਾ ਉਹ ਹੈ ਜਿਹਨੇ 2020 ਦੇ ਵਿੱਚ ਮੂਸੇਵਾਲੇ ਦਾ ਸ਼ੋਅ ਲੁਧਿਆਣੇ ਕਰਾਇਆ ਸੀਗਾ ਤੇ ਠੋਕ ਕੇ। ਜੇ ਉਦੋਂ ਇੱਕ ਬੰਦਾ ਕਹਿੰਦਾ ਸੀ ਵੀ ਮੈਂ ਸ਼ੋਅ ਨਹੀਂ ਹੋਣ ਦੇਣਾ, ਬਿਲਕੁਲ, ਤੇ ਮੈਂ ਇੰਟਰਵਿਊ ਕਰਕੇ ਵੀਡੀਓ ਜਾਰੀ ਕਰਕੇ ਕਿਹਾ ਸੀ ਜੇ ਤੂੰ ਆਪਦੇ ਪਿਓ ਦਾ ਸ਼ੋਅ ਰੋਕ ਕੇ ਦਿਖਾ ਦੇ। ਇਸ ਗੱਲ ਤੇ ਸਿੱਧੂ ਮੂਸੇਵਾਲਾ ਨੇ ਮੈਨੂੰ ਲੁਧਿਆਣੇ ਦੇ ਇੱਕ ਹੋਟਲ ਦੇ ਵਿੱਚ ਐਪਰੀਸ਼ੀਏਟ ਕੀਤਾ ਸੀ। ਨਾਲ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਸੀ, ਨਾਲ ਇੱਕ ਮੌਜੂਦਾ AIG ਅੱਜ ਵੀ ਅਗਵਾ ਨੇ ਕਿ ਉਹਨੇ ਮੈਨੂੰ ਬੈਠ ਕੇ ਕਿਹਾ ਸੀ ਵੀ ਪ੍ਰਿੰਕਲ ਭਰਾ, ਮੈਂ ਕਹਿੰਦਾ ਐਂਡ ਕਰਾਤੀ, ਕਹਿੰਦਾ ਇਹ ਸਿੱਧੂ ਮੂਸੇਵਾਲਾ ਦੇ ਲਫ਼ਜ਼ ਨੇ। ਉਸ ਟਾਈਮ ਸਿੱਧੂ ਦਾ ਬਹੁਤ ਜ਼ਿਆਦਾ ਵਿਰੋਧ ਹੁੰਦਾ ਸੀ ਬੜੇ ਤਕੜੇ ਲੈਵਲ ਤੇ। ਜਦੋਂ ਇਹ ਲੋਕ ਸਿੱਧੂ ਮੂਸੇਵਾਲਾ ਦੇ ਖਿਲਾਫ ਬੋਲਦੇ ਸੀ ਨਾ ਸ਼ੋਅ ਨਹੀਂ ਆਉਣ ਦੇਣਾ, ਉਸ ਟਾਈਮ ਚ ਤੁਹਾਡੇ ਭਰਾ ਨੇ ਸ਼ੋਅ ਕਰਾਇਆ ਸੀ YouTube ਦੇ ਉੱਤੇ, ਤੁਸੀਂ ਅੱਜ ਵੀ ਪਾ ਕੇ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਇਨ ਲੁਧਿਆਣਾ ਸ਼ੋਅ, ਤੁਹਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਕਿਹੜੇ ਬੰਦੇ ਆ। ਸੋ ਗੱਲ ਜਿਹੜਾ ਕੀ ਹੁੰਦੀ ਹੈ, ਕੀ ਦੁੱਖ ਹੁੰਦਾ ਜਿਵੇਂ ਆਪਾਂ ਮਾਣਕ ਦੀ ਸਟੋਰੀ ਸੁਣਦੇ ਆ ਵੀ ਉਹਨਾਂ ਨਾਲ ਕੰਟਰੈਕਟਰ ਧੱਕਾ ਕਰਦੇ ਨੇ ਕਿਸੇ ਬੰਦੇ ਨੂੰ। ਤੁਸੀਂ ਨਾ ਜਦੋਂ ਉਹਨੂੰ ਕੋਈ ਨਹੀਂ ਜਾਣਦਾ ਹੁੰਦਾ, ਮੰਨ ਲਓ ਵੀ ਮੈਨੂੰ ਕੋਈ ਨਹੀਂ ਜਾਣਦਾ ਤਾਂ ਤੁਸੀਂ ਪਿਆਰ ਦਿੱਤਾ, ਮੈਂ ਇੱਥੇ ਤੱਕ ਪਹੁੰਚਿਆ ਤੁਹਾਡੇ ਭਰਾਵਾਂ ਨਾਲ ਜੁੜਿਆ, ਤੇ ਕੱਲ ਨੂੰ ਮੈਂ ਤੁਹਾਨੂੰ ਅੱਖਾਂ ਕੱਢਣ ਲੱਗ ਜਾਵਾਂ, ਤੁਹਾਡੇ ਫੋਨ ਨਾ ਚੱਕਾਂ, ਤੁਹਾਨੂੰ ਮੈਂ ਰੱਬ ਨੂੰ ਟੱਬ ਦੱਸਣ ਲੱਗ ਜਾਵਾਂ ਤਾਂ ਫਿਰ ਖੇਡ ਚੜ੍ਹਦੀ ਹੈ। ਟਾਈਗਰ ਹਲਵਾਰਾ ਉਹ ਬੰਦਾ ਹੈ ਜਾਨਕੀ ਜਿਹਦਾ ਨਾਂ ਵੀ ਟਾਈਗਰ ਇਹਨੇ ਰੱਖਿਆ, ਉਹਦਾ ਅਸਲੀ ਨਾਂ ਕੀ ਹੈ? ਉਹਦਾ ਨਾਂ, ਹਾਂ ਬਿਲਕੁਲ, ਉਹਦਾ ਅਸਲੀ ਨਾਂ ਹੈ ਸੰਦੀਪ ਸਿੰਘ। ਸੰਦੀਪ ਸਿੰਘ ਨਾਮ ਆ ਉਹਦਾ, ਇਹਨੇ ਕੰਟਰੈਕਟ ਚ ਵੀ ਪਾਇਆ। ਮੈਂ ਉਹੀ ਦੇਖਿਆ ਵੀ ਟਾਈਗਰ ਨਾਂ ਵੀ ਇਹਨੇ ਰੱਖਿਆ ਸੀ, ਬੈਠੇ ਗੱਲਾਂ ਮਾਰਦੇ ਹੋਏ ਸੀਗੇ ਤੇ 6 ਤੋਂ ਵੱਧ ਮਹੀਨੇ ਉਹ ਇਹਦੇ ਘਰੇ ਰਿਹਾ, ਇਹਦੀ ਕੋਠੀ ਚ ਰਿਹਾ, ਹੈਨਾ, ਤੇ ਕਾਫੀ ਇਹਨੂੰ ਪੈਸੇ ਦਿੱਤੇ। ਮੈਂ ਤੁਹਾਨੂੰ ਹੁਣ ਐਗਰੀਮੈਂਟ ਦਿਖਾ ਲੱਗਾ। ਸੋ ਮੈਂ ਬੇਨਤੀ ਕਰਦਾ ਤੂੰ ਸਾਡੀ ਵੀਡੀਓ ਦੇਖ ਤਾਂ ਲੈਣੀ ਟਾਈਗਰ। ਅੱਜ ਮੈਂ ਤੈਨੂੰ ਇਹ ਵੀ ਗੱਲ ਕਹਿਣਾ ਚਾਹੁੰਦਾ ਟਾਈਗਰ, ਅੱਜ ਮੈਂ ਤੈਨੂੰ ਫੋਨ ਕੀਤੇ, ਦੇਖੋ ਮੈਂ ਪਹਿਲੇ ਇਹ ਵੀ ਕਹਿੰਦਾ ਮੈਨੂੰ ਭਾਨੇ ਬਾਈ ਦਾ ਫੋਨ ਆਇਆ ਸਵੇਰੇ, ਮੈਨੂੰ ਬਹੁਤ ਗੁੱਸਾ ਸੀ ਪਰ ਉਹਨੇ ਮੇਰੇ ਨਾਲ ਭਰਾ ਬਣ ਕੇ ਗੱਲ ਕੀਤੀ। ਮੂਸੇਵਾਲੇ ਦੇ ਡੈਡੀ ਨਾਲ ਕੋਈ ਹੈਗੀ ਉਹ ਸਾਡੇ ਲਈ ਸਪੈਕਟਰ ਆ, ਜਿੱਦਾਂ ਅੱਜ ਬੁਲਾ ਲੈਣ ਅਸੀਂ 100 ਗੱਡੀਆਂ ਲੈ ਕੇ ਜਾਵਾਂਗੇ। ਹਾਂਜੀ, ਜਿੱਦਾਂ ਮੇਰੇ ਫਾਦਰ ਸਰਦਾਰ ਸਤਨਾਮ ਸਿੰਘ ਨੇ ਉਦਾਂ ਹੀ ਸਿੱਧੂ ਮੂਸੇਵਾਲਾ ਦੇ ਡੈਡੀ ਸਰਦਾਰ ਬਲਕੌਰ ਸਿੰਘ ਜੀ ਨੂੰ ਮੈਂ ਆਪਦੇ ਫਾਦਰ ਵਾਂਗੂ ਸਮਝਦਾ। ਗੱਲਬਾਤ ਉਹਨਾਂ ਨੇ ਬੜੀ ਤੇ ਬਹੁਤ ਵਧੀਆ ਕੀਤੀ, ਤਾਂ ਹੀ ਦੇਖੋ ਭਾਨੇ ਸਿੱਧੂ ਖਿਲਾਫ ਮੈਨੂੰ ਬਹੁਤ ਗੁੱਸਾ ਸੀ ਪਰ ਉਹ ਬੰਦੇ ਨੇ ਵੀ ਮੇਰੇ ਨਾਲ 6-7 ਮਿੰਟ ਗੱਲ ਕੀਤੀ। ਉਹਨੇ ਮੈਨੂੰ ਕਿਹਾ ਪ੍ਰਿੰਕਲ ਮੈਂ ਟਾਈਗਰ ਨੂੰ ਵੀਡੀਓ ਤੋਂ ਪਹਿਲਾਂ ਜਾਣਦਾ ਵੀ ਨਹੀਂ ਸੀ। ਇਹ ਉਹਨਾਂ ਦੀ ਗਲਤੀ ਹੈ, ਪਰ ਮੈਂ ਇੱਕ ਗੱਲ ਕਹੂੰਗਾ, ਭਾਨਾ ਸਾਡਾ ਭਰਾ ਵਧੀਆ ਗੱਲ ਕਰਦਾ, ਜਿਵੇਂ ਸਾਡਾ ਭਾਨਾ ਸੋਸ਼ਲ ਮੀਡੀਆ ਦੇ ਭਰਾ, ਇਹ ਸਾਡਾ ਅਸਲੀ ਚ ਭਰਾ ਵਾ। ਇੱਕ ਮਿੰਟ ਮੈਂ ਦੱਸਦਾ, ਇਹ ਸਾਡਾ ਅਸਲੀ ਚ ਭਰਾ ਵਾ। ਭਾਨੇ ਨੇ ਇਹਨੂੰ ਇੱਕ ਗੱਲ ਕਹੀ ਆ ਜਿਹੜੀ ਮੈਨੂੰ ਗਲਤ ਲੱਗੀ ਆ, ਮੈਂ ਸੁਣੀ ਆ ਸਾਰੀ ਰਿਕਾਰਡਿੰਗ, ਵੀ ਕਿਸੇ ਨੂੰ ਰੋਟੀ ਪੈਣ ਦੇਣ ਤੇ ਪਾ ਲੈਣ ਦੇ, ਮੈਂ ਦਿੰਨਾ ਜਵਾਬ ਉਹਦਾ, ਹੈਨਾ, ਵੀ ਰੋਟੀ ਪੈਣ ਦੇ ਪਾ ਲੈਣ ਦੇ। ਭਾਨੇ ਗੱਲ ਸੁਣ, ਅਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਹਾਂ, ਤੂੰ ਵੀ ਚਲਾਉਂਦਾ, ਤੂੰ ਵਧੀਆ ਕੰਮ ਕਰਦਾ, ਤੇਰੇ ਮੂਹਰੇ ਅਸੀਂ ਚਾਹੇ 0% ਹੋਈਏ ਪਰ ਆਪਣੇ ਭਰਾ ਖਿਲਾਫ ਅਸੀਂ ਇਹ ਗੱਲਾਂ ਨੇ, ਤੈਨੂੰ ਕੀ ਪਤਾ ਕਿੰਨਿਆਂ ਨੂੰ ਰੋਟੀ ਪਾ ਕੇ ਸੁਣਦਾ ਹੋਵੇ ਇਹ।
ਜਦੋਂ ਟਾਈਗਰ ਦਾ ਟੀਵੀ ਨੀ ਨਾ ਕੋਈ ਜਾਣਦਾ ਸੀ ਉਦੋਂ ਇਹਨੇ ਉੱਤੇ ਪੈਸੇ ਲਾਏ ਸੀ 5 ਲੱਖ ਰੁਪਈਆ ਟਾਈਗਰ ਗੱਡੀਆਂ ਚ ਲੈ ਕੇ ਘੁਮਾਇਆ ਸੀਗਾ ਆਪਣੀਆਂ ਗੱਡੀਆਂ ਦੇ ਸਿਕਿਉਰਿਟੀ ਦੇ ਕੇ ਉਹਨੂੰ ਫਰਾਇਆ ਅੱਜ ਉਹ ਅੱਖਾਂ ਕੱਢਦਾ ਅੱਜ ਉਹ ਸਾਡੇ ਫੋਨ ਨੀ ਚੁੱਕਦਾ ਜਦੋਂ ਟਾਈਗਰ ਕੋਲ ਰੋਟੀ ਖਾਣ ਨੂੰ ਨਹੀਂ ਸੀ ਨਾ ਉਦੋਂ ਇਹ ਅੰਡਾਈਵਰ ਉਹਨਾਂ ਦਿਨਾਂ ਚ ਮੈਂ ਨਵੀਂ ਕਢਾਈ ਸੀ ਇਸ ਗੱਡੀ ਚ ਘੁੰਮਦਾ ਸੀ ਇਹ ਗੱਡੀ ਸਰਦਾਰ ਕਮਲਜੀਤ ਸਿੰਘ ਕੜਵਲ ਹਲਕਾ ਇੰਚਾਰਜ ਕਾਂਗਰਸ ਪਾਰਟੀ ਵਾਲੇ ਉਹਨਾਂ ਦਿਨਾਂ ਦੇ ਗਵਾਹ ਨੇ ਮੇਰੀ ਗੱਡੀ ਟਾਈਗਰ ਨੇ ਕਿਤੇ ਮਾਰਤੀ ਸੀਗੀ ਤੇ ਨਵੀਂ ਗੱਡੀ ਸੀ ਮਤਲਬ ਉਹਨਾਂ ਨੂੰ ਐ ਹੋਇਆ ਪ੍ਰਿੰਕਲ ਕੁਛ ਕਵੇ ਨਾ ਉਹ ਮੈਂ ਕਿਹਾ ਯਾਰ ਗੱਡੀਆਂ ਵੱਜਦੀਆਂ ਰਹਿੰਦੀਆਂ ਜੇ ਸੜਕ ਤੇ ਗੱਡੀ ਚੱਲੂਗੀ ਵੱਜੂਗੀ ਇਹ ਜਿਗਰਾ ਹੈ ਸਾਡਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸਾਡੇ ਤੇ ਦਿੱਤੇ ਹੀ ਬਹੁਤ ਕੁਛ ਹੋਇਆ ਸਾਨੂੰ ਅਸੀਂ ਛੋਟੀਆਂ ਗੱਲਾਂ ਦੀ ਪਰਵਾਹ ਹੀ ਨਹੀਂ ਕਰਦੇ ਕਾਰੋਬਾਰ ਤਾਂ ਹੁਣ ਕਿਤੇ ਹੰਨੀ ਨੂੰ ਕੋਈ ਬੰਦਾ ਆ ਕੇ ਕਹਿੰਦਾ ਪ੍ਰਿੰਕਲ ਨੇ ਤੇਰੇ ਨਾਲ ਦਾ ਕੰਮ ਖੋਲਤਾ ਹੰਨੀ ਕਹਿੰਦਾ ਖਲਾਇਆ ਹੀ ਮੈਂ ਬੂਟਾ ਦਾ ਕੰਮ ਖੋਲਿਆ ਨੂੰ ਤਾਂ 4 ਮਹੀਨੇ ਹੋਏ ਆ ਪਹਿਲੇ ਕੀ ਕਰਦੇ ਸੀ ਅਸੀਂ ਅੱਜ ਬਾਬੇ ਦੀਪ ਦੀ ਬਹੁਤ ਬਾਬਾ ਦੀਪ ਦੀ ਇੰਨੀ ਕਿਰਪਾ ਕਈ ਵਾਰੀ ਇਹ ਵੀ ਨੀ ਪਤਾ ਹੁੰਦਾ ਵੀ ਕਿੰਦੇ ਕਿੰਦੇ ਤੋਂ ਪੈਸੇ ਲੈਣੇ ਆ ਪ੍ਰਿੰਕਲ ਗੱਲ ਕਰਨਾ ਚਾਹੁੰਦੇ ਆ ਸਿੱਧੀ ਟਾਈਗਰ ਦੇ ਨਾਲ ਨਾ ਤਾਂ ਸਾਡੀ ਭਾਨੇ ਨਾਲ ਭਾਨੇ ਨੂੰ ਇਹ ਬੇਨਤੀ ਕਰਦੇ ਆ ਵੀਰੇ ਅੱਗੋਂ ਤੋਂ ਤੁਸੀਂ ਅਵੇਅਰ ਰਹਿਣਾ ਸਾਡਾ ਤੂੰ ਭਰਾ ਏ ਜੇ ਕੋਈ ਤੁਹਾਨੂੰ ਬਹੁਤ ਵਧੀਆ ਗੱਲ ਕੀਤੀ ਜੇ ਕੋਈ ਤੁਹਾਨੂੰ ਫੀਚਰਿੰਗ ਕਰਨਾ ਚਾਹੁੰਦਾ ਤਾਂ ਉਹਦਾ ਪੁੱਛੋ ਵੀ ਭਾਈ ਤੇਰੇ ਤੇ ਪੈਸੇ ਤਾਂ ਨਹੀਂ ਲੱਗੇ ਕਿਸੇ ਦੇ ਵੀ ਤੂੰ ਕਿਤੋਂ ਭਗੌੜਾ ਤਾਂ ਨਹੀਂ ਹੋਇਆ ਇਹਨੂੰ ਕੀ ਭਗੌੜਾ ਹੀ ਕਹਿ ਸਕਦੇ ਭਗੌੜਾ ਹੀ ਕਹਿ ਸਕਦੇ ਆ ਦਸੰਬਰ 25 ਦਸੰਬਰ 2025 ਤੱਕ ਮੇਰੇ ਨਾਲ ਇਹ ਬੌਂਡ ਹੈ ਆ ਪਿਆ ਸਾਈਨ ਟਾਈਗਰ ਦਾ ਤੇ ਮੈਂ ਟਾਈਗਰ ਨੂੰ ਕਹਿਣਾ ਚਾਹੁੰਦਾ ਪੁੱਤ ਭੱਜ ਲੈ ਕਿੱਥੇ ਭੱਜਣਾ ਫਿਰ ਬਾਅਦ ਚ ਗੱਲ ਹੋ ਗਈ ਘੁੰਮਣ ਬਾਈ ਯਾਰਾਂ ਨਾਲ ਤੇਰੇ ਤੇ ਪਰਚਾ ਵੀ ਕਰਾਉਂਗਾ ਤੇਰੇ ਸਾਰੇ ਗਾਣੇ ਵੀ ਡਿਲੀਟ ਕਰਾਉਂਗਾ ਤੇ ਤੂੰ ਅੱਜ ਪ੍ਰਿੰਕਲ ਦਾ ਫੋਨ ਨੀ ਨਾ ਚੱਕਦਾ ਨਾ ਸਨੈਪਚੈਟ ਤੇ ਨਾ ਡਾਇਰੈਕਟ ਤੇ ਸਟੋਰੀਆਂ ਪਾਉਣਾ ਤੈਨੂੰ 500 ਬੰਦੇ ਖਿਲਾਰ ਕੇ 500 ਬੰਦੇ ਦੇ ਵਿੱਚ ਕਹੂੰਗਾ ਵੀ ਤੈਨੂੰ ਮਾਫ਼ ਨਹੀਂ ਕਰਾਂਗਾ ਗੱਲ ਸੁਣ ਤੈਨੂੰ ਜੇ ਪਾਨੇ ਵੀਰ ਹੋਣੀ ਫੋਨ ਕਰ ਸਕਦੇ ਆ ਪਾਨਾ ਸਿੱਧੂ ਫੋਨ ਕਰ ਸਕਦਾ ਭਰਾ ਮੇਰਾ ਮੈਂ ਉਹਦੀ ਇੱਜ਼ਤ ਕਰਦਾ ਮੇਰਾ ਗੁੱਸਾ ਸ਼ਾਂਤ ਕਰਤਾ ਜੇ ਤੂੰ ਮੈਨੂੰ ਫੋਨ ਕਰ ਲੈਂਦਾ ਨਾ ਪਰ ਹੁਣ ਨਾ ਕਰੀ ਹੁਣ ਮੈਂ ਫੋਨ ਕਰੇ ਦਾ ਵੀ ਪੁੱਠਾ ਹਿਸਾਬ ਲਾ ਦੇਣਾ ਨਹੀਂ ਫੇਰ ਵੀ 2 ਘੰਟੇ ਲਾ ਲਾ ਐਤਕੀ ਹੁਣ ਕੀ ਕਰਨਾ ਆ ਚੈੱਕ ਕਰ ਤੇਰੀ ਸੈਨ ਹੈ ਨਾ ਟਾਈਗਰ ਯਾਰ ਜੇ ਕੋਈ ਗੱਡੀ ਦੇ ਉੱਤੇ ਮੰਨ ਲਓ ਕੋਈ ਚੀਜ਼ ਤੇ ਪੈਸੇ ਇਨਵੈਸਟ ਕਰਦਾ ਉਹਨੂੰ ਕੋਈ ਉਹਦਾ ਸਕੋਪ ਮੈਂ ਕਹਿੰਦਾ ਯਾਰ ਬੇਅੰਤ ਪੈਸੇ ਕੱਪੜੇ ਕੀ ਕੁਛ ਹੁਣ ਕੀ ਗਣਾਈਏ ਫੇਰ ਇਸ ਬੰਦੇ ਨੂੰ ਮੈਂ ਕਦੀ ਹੋਟਲ ਤੇ ਰੋਟੀ ਖਾਣ ਨਹੀਂ ਦਿੱਤੀ ਮੈਂ ਕਿਹਾ ਮੰਮੀ ਜਿਹੜੀ ਰੋਟੀ ਅਸੀਂ ਖਾਵਾਂਗੇ ਉਹੀ ਇਹ ਖਾਏਗਾ ਮੇਰੇ ਨਾਲ ਪਿਛਲੇ 4 ਸਾਲਾਂ ਤੋਂ ਜਿੰਨੇ ਗਨਮੈਨ ਲੱਗੇ ਆ ਅੱਜ ਤੱਕ ਕਹਿ ਦੇਣ ਅਮੇਨਾ ਮਨਪ੍ਰੀਤ ਬੈਠਾ ਮਨਪ੍ਰੀਤ ਮਾਰੀ ਕੈਮਰਾ ਮਨਪ੍ਰੀਤ ਤੂੰ ਦੱਸ ਰਾਜੇ ਅੱਜ ਤੱਕ ਤੁਸੀਂ ਰੋਟੀ ਹੋਟਲ ਤੇ ਖਾਧੀ ਹੈ ਜੇ ਸਿਕਿਉਰਿਟੀ ਜਿੰਨੇ ਵੀ ਮੇਰੇ ਨਾਲ ਮੁੰਡੇ ਹੈਗੇ ਨੇ ਜਿੰਨੀ ਵੀ ਮੇਰੇ ਨਾਲ ਇੱਧਰ ਨੂੰ ਕਰੀ ਜਿੰਨੀ ਵੀ ਮੇਰੇ ਨਾਲ ਸਿਕਿਉਰਿਟੀ ਲੱਗੀ ਹੈ ਜਾਂ ਜਿਹੜੇ ਮੇਰੇ ਨਾਲ ਪਹਿਲੇ ਵੀ ਗਨਮੈਨ ਅੱਜ ਤੋਂ ਲੱਗੇ ਸੀ ਜਿੰਨੇ ਚੇਂਜ ਹੋਏ ਆ ਜਿੱਥੇ ਮੈਂ ਰੋਟੀ ਖਾਂਦਾ ਉੱਥੇ ਹੀ ਖਾਂਦੇ ਨੇ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਅਸੀਂ ਜਿਹਨੂੰ ਵੀ ਨਾਲ ਰੱਖਦੇ ਆ ਭਰਾ ਬਣਾ ਕੇ ਰੱਖਦੇ ਆ ਇੰਸਟਾਗ੍ਰਾਮ ਵੀਡੀਓ ਚ ਵੀ ਆਪਣੇ ਦੇਖੇ ਅੱਜ ਵੀ ਮੇਰੇ ਨਾਲ ਮੁੰਡੇ ਜਿੰਨੇ ਵੀ ਡਰਾਈਵਰ ਰਹੇ ਨੇ ਅੱਜ ਵੀ ਉਹ ਇਹ ਕਹਿੰਦੇ ਆ ਵੀ ਅਸੀਂ ਇਹ ਸੋਚਦੇ ਆ ਵੀ ਅਸੀਂ ਡਰਾਈਵਰੀ ਨਹੀਂ ਕੀਤੀ ਅਸੀਂ ਆਪਦੇ ਭਰਾ ਦੇ ਨਾਲ ਰਹੇ ਆ ਅਸੀਂ ਆਪਦੇ ਭਰਾ ਦੇ ਨਾਲ ਘੁੰਮਦੇ ਰਹੇ ਆ ਕਦੀ ਤੁਸੀਂ ਦੇਖਿਆ ਕੋਈ ਡਰਾਈਵਰ ਮੇਰੇ ਤੇ ਹਮਲਾ ਹੋਣ ਲੱਗੇ ਤੇ ਡਰਾਈਵਰ ਅੱਗੇ ਆ ਜਾਵੇ ਮੇਰੇ ਨਾਲ ਉਹ ਬੰਦੇ ਰਹੇ ਨੇ ਮੈਂ ਭੀਮਾ ਮੁੰਡਾ ਮੇਰੇ ਤੇ ਜਾਨ ਵਰਦਾ ਅੱਜ ਵੀ ਮੇਰੇ ਨਾਲ ਡਰਾਈਵਰੀ ਕਰਕੇ ਗਿਆ ਅੱਜ ਵੀ ਕਹਿੰਦਾ ਵੀ ਬਾਈ ਜੇ ਮੈਂ ਕਹਿੰਦਾ ਗੋਲੀ ਵੀ ਕੋਈ ਮਾਰਨ ਆ ਜਾਏਗਾ ਨਾ ਭੀਮਾ ਮੇਰੇ ਤੋਂ ਅੱਗੇ ਸਚਿਨ ਹੋਣੀ ਆ ਮਨਪ੍ਰੀਤ ਹੋਣੀ ਜਾਣ ਦਿੰਦੇ ਆ ਸਿਕਿਉਰਿਟੀ ਤਾਂ ਉਹ ਹੁੰਦੀ ਆ ਵੀ ਕੋਈ ਹੈਪਨ ਹੋ ਜਾਏ ਸਿਕਿਉਰਿਟੀ ਤਾਂ ਕੁਛ ਕਰਦੀ ਨੀ ਇਹ ਬੰਦੇ ਦੇ ਆਪਦੇ ਹੱਥ ਚ ਹੁੰਦਾ ਵੀ ਆਪਾਂ ਕਿਸੇ ਨੂੰ ਕਿੱਦਾਂ ਰੱਖਣਾ ਸੋ ਟਾਈਗਰ ਨੇ ਟਾਈਗਰ ਹਲਵਾਰਾ
ਜਿਨੇ ਕੀ ਬਹੁਤ ਘਟੀਆ ਹਰਕਤ ਕੀਤੀ ਹੈ। ਮੈਂ ਬਾਪੂ ਬਲਕੌਰ ਸਿੰਘ ਜੀ ਨੂੰ ਵੀ ਬੇਨਤੀ ਕਰਦਾ, ਸਿੱਧੂ ਸਾਹਿਬ ਦੇ ਪਿਤਾ ਜੀ ਨੂੰ ਮੈਂ ਦੱਸਿਆ ਵੀ ਹੈ, ਮੈਂ ਚੈਨਲ ਤੇ ਇੰਟਰਵਿਊ ਵੀ ਕੀਤੀ ਹੈ। ਉਹ ਯਾਰ ਚੈਨੀਆਂ ਖੈਨੀਆਂ ਲਾਉਣ ਵਾਲਾ ਗੰਦਾ ਬੰਦਾ, ਇਹਨੂੰ ਤੁਸੀਂ ਸਿੱਧੂ ਵਾਂਗੂ ਪੱਗ ਬਣਾ ਕੇ ਨਾ ਕਰੋ। ਉਹ ਬੜੀ ਵੱਡੀ ਸ਼ਖਸੀਅਤ ਸੀ ਸਿੱਧੂ ਮੂਸੇ ਵਾਲਾ, ਉਹਦਾ ਮੁਕਾਬਲਾ ਕੌਣ ਕਰ ਲੂਗਾ? ਟਾਈਗਰ ਉਹਦੇ ਪੈਰ ਦੀ ਜੁੱਤੀ ਵਰਗਾ ਨੀ, ਲੋਕ ਅੱਜ ਵੀ ਪੂਜਦੇ ਨੇ, ਪੂਜਦੇ ਆ ਉਹਨੂੰ। ਸਾਡੀਆਂ ਮਾਵਾਂ ਘਰਾਂ 'ਚ ਬੈਠੀਆਂ ਜਦੋਂ ਸਿੱਧੂ ਦਾ ਕੋਈ ਜਾਂ ਸਿੱਧੂ ਦੇ ਮਦਰ ਫਾਦਰ ਦੀ ਕੋਈ ਪੋਸਟ ਜਾਂ ਕੁਛ ਹਾਜ਼ਰ ਹੋਣ ਲੱਗ ਜਾਂਦੀਆਂ, ਬਿਲਕੁਲ ਇਹ ਪੰਜਾਬ ਨੀ, ਅੱਜ ਬੰਬੇ ਤੱਕ ਸਿੱਧੂ ਦੇ ਗਾਣੇ ਵੱਜਦੇ ਆ। ਸੋ ਇਹੋ ਜਿਹੇ ਦੋ ਕੋੜੀ ਦੇ ਬੰਦੇ ਟਾਈਗਰ ਵਰਗਿਆਂ ਤੋਂ ਤੁਸੀਂ ਉਹਦੇ ਵਾਂਗੂ ਸਿੱਧੂ ਮੂਸੇ ਵਾਲੇ ਵਾਂਗੂ ਪੱਗ ਵੀ ਬਣਾਤੀ, ਉਦਾਂ ਹੀ ਮੁੱਛਾਂ ਖੜੀਆਂ ਕਰਾ ਕੇ, ਉਦਾਂ ਹੀ ਕੁੜਤੇ ਪਜਾਮੇ ਪਵਾ ਕੇ, ਮੇਰਾ ਬਹੁਤ ਹਰਟ ਹੋਇਆ ਸਵੇਰੇ। ਮੈਂ ਇਹਦੀ ਜੇਬ ਚੋਂ ਕਈ ਵਾਰੀ ਚੈਨੀਆਂ ਖੈਨੀਆਂ ਕੱਢੀਆਂ ਤੇ ਜੁੱਤੀਆਂ ਮਾਰੀਆਂ, ਨੂੰ ਮੈਂ ਕਈ ਵਾਰੀ ਬੰਦੇ ਦਾ ਪੁੱਤ ਬਣਾਇਆ, ਏਡਾ ਗੰਦਾ ਬੰਦਾ। ਮੈਂ ਤੈਨੂੰ ਇੱਕ ਗੱਲ ਕਹਿਣ, ਮਤਲਬ ਕਹਿਣ ਦਾ ਵੀ ਇਹਨੂੰ ਕਹਿ ਦਿੰਦਾ ਮੈਂ ਗਾਣਾ ਕਰਨ ਚੱਲਿਆ, ਸ਼ਾਇਦ ਇਹ ਤੈਨੂੰ ਹੋਰ ਵੱਡੇ ਲੈਵਲ ਤੇ ਕਰਾਂਦਾ। ਨਹੀਂ ਮੈਂ ਕਹਿਣਾ ਕਰ ਲੈ ਯਾਰ ਬਾਪੂ ਹਾਨੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਹੁੰ, ਮੈਂ ਝੂਠ ਨੀ ਬੋਲਦਾ। ਜਿੱਦਾਂ ਮੇਰੇ ਫਾਦਰ ਸਤਨਾਮ ਸਿੰਘ ਸ਼ੰਟੀ, ਉਦਾਂ ਹੀ ਮੇਰੇ ਲਈ ਬਾਪੂ ਬਲਕੌਰ ਸਿੰਘ, ਜੇ ਉਹਨਾਂ ਦਾ ਇੱਕ ਪੁੱਤ ਸ਼ਹੀਦ ਹੋਇਆ ਨਾ, ਡੈਥ ਹੋਈ ਆ, ਸਾਰਾ ਪੰਜਾਬ ਉਹਨਾਂ ਦਾ ਬੱਚਾ ਯਾਰ, ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕ ਉਹਨਾਂ ਦੇ ਬੱਚੇ, ਉਹਨਾਂ ਦੀ ਟੀ ਸ਼ਰਟਾਂ ਪਾ ਕੇ ਫਿਰਦੇ ਨੇ ਸਾਰੇ, ਮੈਂ ਕਹਿੰਦਾ ਬਾਪੂ ਲੱਗੀਆਂ ਹੋਈਆਂ ਉਹਨਾਂ ਦੀਆਂ। ਬਲਕੌਰ ਸਿੰਘ ਸਿੱਧੂ ਸਾਹਿਬ ਨੂੰ ਵੀ ਇਹਨਾਂ ਨੇ ਗੁੰਮਰਾਹ ਕੀਤਾ ਇਹਨੇ ਟਾਈਗਰ ਨੇ, ਇਹ ਕਹਿੰਦਾ ਭਰਾ ਵੀ ਹੈਗਾ ਉਹ ਵੀ ਬੜਾ ਸ਼ੈਤਾਨ ਆ, ਇਹ ਦੋ ਭਰਾ ਨੇ, ਇਹ ਬਣੇ ਮੀਸਣੇ ਜੇ ਬਣਦੇ ਆ ਬੜੇ, ਵੀ ਸਾਡੇ ਵਰਗਾ ਤਾਂ ਕੋਈ ਹੈ ਹੀ ਨੀ। ਸੋ ਬਾਪੂ ਜੀ ਅਵੇਅਰ ਹੋ ਜਾਓ, ਬਾਪੂ ਬਲਕੌਰ ਸਿੰਘ ਜੀ ਅਵੇਅਰ ਹੋ ਜਾਓ। ਮੈਂ ਤੁਹਾਨੂੰ ਬੇਨਤੀ ਕਰਦਾ, ਭਾਨੇ ਸਿੱਧੂ ਨੂੰ ਤਾਂ ਸਾਰਾ ਪਤਾ ਲੱਗ ਗਿਆ ਬਈ ਇਹ ਕਿਹੜੀ ਨਸਲ ਦਾ ਬੰਦਾ, ਬਹੁਤ ਵਧੀਆ ਗੱਲ ਕੀਤੀ ਮੈਨੂੰ ਭਾਨੇ ਸਿੱਧੂ ਨਾਲ, ਕੋਈ ਨਰਾਜ਼ਗੀ ਨੀ, ਮੈਂ ਭਾਨੇ ਸਿੱਧੂ ਕੋਲ ਜਾ ਕੇ ਚਾਹ ਵੀ ਪੀ ਕੇ ਆਵਾਂਗਾ, ਉਹਨੇ ਮੈਨੂੰ ਕਿਹਾ ਤੂੰ ਮੇਰੇ ਕੋਲ ਆਣਾ, ਐਪਰੀਸ਼ੀਏਟ ਕਰਦੇ ਆ, ਐਪਰੀਸ਼ੀਏਟ ਕਰਦੇ ਆ ਜਦੋਂ ਪੈਸੇ ਦਵਾਂਦਾ ਗਰੀਬਾਂ ਦੇ, ਹਾਂ ਜਦੋਂ ਉਧਰ ਗੇੜਾ ਸਾਡਾ ਵੱਜੂਗਾ ਅਸੀਂ ਭਾਨੇ ਸਿੱਧੂ ਕੋਲ ਚਾਹ ਪੀ ਕੇ ਆਵਾਂਗੇ, ਸਾਨੂੰ ਕੋਈ ਦਿੱਕਤ ਨੀ ਹੈ, ਵਧੀਆ ਕੀਤਾ। ਬਾਕੀ ਰਹੀ ਗੱਲ, ਜਿਹੜਾ ਕੋਈ ਸਹੀ ਗੱਲ ਕਰਦਾ, ਸਾਡੇ ਲੁਧਿਆਣੇ ਦੋ MLA ਨੇ, ਸਰਦਾਰ ਕੁਲਵੰਤ ਸਿੰਘ ਸਿੱਧੂ ਤੇ ਅਸ਼ੋਕ ਪਰਾਸ਼ਰ ਪੱਪੀ, ਵਧੀਆ ਕੰਮ ਕਰਦੇ ਆ, ਠੀਕ ਆ। ਜਿੰਨਾ ਮਰਜ਼ੀ ਸਰਕਾਰਾਂ ਦਾ ਵਿਰੋਧ ਹੋਵੇ ਅਸੀਂ ਠੋਕ ਕੇ ਕਹਿੰਦੇ ਆ, ਬਹੁਤ ਵਧੀਆ ਕੰਮ ਕਰਦੇ ਨੇ, ਨਸ਼ਿਆਂ ਦੇ ਖਿਲਾਫ ਉਹ ਮੁਹਿੰਮ ਚਲਾਉਂਦੇ ਨੇ। ਜੇ ਕੋਈ MLA ਕੋਈ ਗਲਤ ਕਰਦਾ ਉਹਨੂੰ ਵੀ ਠੋਕ ਕੇ ਕਹੀਦਾ ਵੀ ਤੂੰ ਗਲਤ ਆ ਯਾਰ, ਅਸੀਂ ਨੀ ਡਰਦੇ ਕਿਸੇ ਤੋਂ, ਠੀਕ ਆ ਨਾ। ਅਸੀਂ MLA ਦੇ ਖਿਲਾਫ ਵੀ ਪਾਈਆਂ ਹੋਈਆਂ ਵੀਡੀਓ, ਅਸੀਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ, ਠੀਕ ਹੈ ਨਾ। ਜਿਨ੍ਹਾਂ ਦੇ ਖਿਲਾਫ ਪਾਣੀ ਹੁੰਦੀ ਆ, ਪਿਛੋਕੜ ਦੇ ਵਿੱਚ ਵੀ ਬੜੀਆਂ ਲੜਾਈਆਂ ਲੜੀਆਂ, ਤੇ ਜਦੋਂ ਅਸੀਂ ਕਿਸੇ ਦੇ ਹੱਕ 'ਚ ਵੀ ਪਾਣੀ ਹੁੰਦੀ ਹੈ, ਉਹ ਵੀ ਸ਼ਰਿਆਮ ਪਈਦੀ ਆ। ਜੇ ਅਸ਼ੋਕ ਪਰਾਸ਼ਰ ਪੱਪੀ ਜੀ ਜਾਂ ਕੁਲਵੰਤ ਸਿੰਘ ਸਿੱਧੂ ਸਾਹਿਬ ਗਲਤ ਕੰਮ ਕਰਨਗੇ, ਉਹਨਾਂ ਦੇ ਖਿਲਾਫ ਠੋਕ ਕੇ ਗੱਲ ਕਰਾਂਗੇ। ਪਰ ਅੱਜ ਤੱਕ ਉਹਨਾਂ ਨੇ ਗਰੀਬਾਂ ਦੀ ਮਦਦ ਹੀ ਕੀਤੀ ਹੈ। ਤੁਸੀਂ ਕੁਲਵੰਤ ਸਿੰਘ ਸਿੱਧੂ ਤੇ ਅਸ਼ੋਕ ਪਰਾਸ਼ਰ ਪੱਪੀ ਦੋਨੋਂ MLA ਦੀ ਖਾਸੀਅਤ ਸੁਣ ਲਓ। ਗਰੀਬ ਬੰਦਾ ਸੜਕ ਤੇ ਜਾਂਦਾ ਪਤਾ ਕੀ ਕਹਿੰਦਾ? ਪੱਪੀ ਚਾਚਾ ਸਤਿ ਸ੍ਰੀ ਅਕਾਲ। ਗਰੀਬ ਬੰਦਾ ਜੁਰਤ ਰੱਖਦਾ ਉਹਨਾਂ ਨੂੰ ਚਾਚਾ ਕਹਿਣ ਦੀ। ਜਿਹੜਾ ਮੇਰਾ ਪਰਚਾ ਹੋਇਆ ਸੀ ਨਾ ਚਾਚੇ ਨੇ, ਕੁਲਵੰਤ ਚਾਚੇ ਨੇ ਪਤਾ ਕੀ ਕਿਹਾ? ਯਾਰ ਇਹਨਾਂ ਨੇ ਬੜਾ ਗਲਤ ਕੰਮ ਕੀਤਾ। ਇਹ ਹੀ ਬੜੀ ਵੱਡੀ ਗੱਲ ਹੁੰਦੀ ਹੈ, ਵੱਡੀ ਗੱਲ ਹੁੰਦੀ ਹੈ ਰਹਿ ਕੇ ਵੀ ਯਾਰ ਬੜਾ ਵੱਡਾ ਗਲਤ ਕੰਮ ਕੀਤਾ। ਬਾਕੀ ਰਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਗੱਲ, ਇਹ ਨਹੀਂ ਕਿ ਹੁਣ ਭਾਨੇ ਨਾਲ ਸਾਡਾ ਪੈਚਪ ਹੋ ਗਿਆ ਤੇ ਨਾ, ਉਹ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ। ਜਿੱਥੇ ਕੋਈ ਉਹ ਗਲਤ ਕਰਨਗੇ ਉੱਥੇ ਅਸੀਂ ਸਿੱਧੂ ਮੂਸੇ ਵਾਲੇ ਉਹਦੇ ਤੇ ਅਸੀਂ ਵੀ ਉਹਨਾਂ ਦੇ ਉਦੋਂ ਪੋਸਟਾਂ ਪਾਈਆਂ, ਨਾਲ ਇਨਸਾਫ ਦਵਾਓ, ਏਦਾਂ ਕਰੋ। ਮੈਂ ਰੈਲੀ ਕੱਢੀ ਤੇ ਜਦੋਂ ਬਿਜਲੀ ਫ੍ਰੀ ਉਹਨਾਂ ਨੇ ਕੀਤੀ ਉਦੋਂ ਸਾਰਿਆਂ ਨੂੰ ਵੀ ਟਾਈਗਰ ਹਲਵਾਰੇ ਵਰਗੇ ਘਟੀਆ ਬੰਦਿਆਂ ਤੋਂ ਅਵੇਅਰ ਹੋ ਜਾਓ। ਔਰ ਮੈਂ ਹੁਣ ਮੈਂ ਤੇ ਹੰਨੀ ਅਸੀਂ ਫਤਿਹਗੜ੍ਹ ਸਾਹਿਬ ਜਾ ਰਹੇ ਹਾਂ ਘੁੰਮਣ ਬ੍ਰਦਰ ਕੋਲ, ਇਹਨੂੰ ਲੀਗਲ ਨੋਟਿਸ ਵੀ ਭੇਜਾਂਗੇ, ਬਗੈਰਾ ਹਾਈਕੋਰਟ ਦੇ ਵਿੱਚ ਇਹਦੇ ਖਿਲਾਫ ਰਿਟ ਵੀ ਪਾਵਾਂਗੇ। ਇਹਨੂੰ ਦੱਸਾਂਗੇ ਵੀ ਕਿਸੇ ਬੰਦੇ ਨੂੰ ਧੋਖਾ ਦੇਣਾ ਕੀ ਹੁੰਦਾ।
ਕਿੰਨੇ ਕਿੰਨੇ ਪੈਸੇ ਇਹਨੂੰ ਮੈਂ ਦਿੰਦਾ ਰਿਹਾ ਸਾਰਿਆਂ ਨੂੰ ਪਤਾ ਦਿੰਦਾ ਤੂੰ ਤੈਨੂੰ ਕੋਈ ਨਹੀਂ ਜਾਣਦਾ ਸੀ ਨਾ ਉਦੋਂ ਇਹ ਤੇਰਾ ਖਰਚਾ ਚੱਕਦਾ ਸੀ ਅੱਜ ਤੂੰ ਇਹਦਾ ਫੋਨ ਨੀ ਚੁੱਕਦਾ ਫੋਨ ਚੱਕ ਕੇ ਕਹਿ ਦੇ ਬਾਈ ਗਲਤੀ ਹੋ ਗਈ ਸੋਰੀ ਹੋ ਗਈ ਉਹਨੇ ਢਲ ਜਾਣਾ ਮੈਨੂੰ ਪਤਾ ਇਹਦਾ ਗੁੱਸਾ ਪੰਜ ਆਪਣਾ ਅੰਨੀ ਪਰ ਤੂੰ ਉਹਨੇ ਬੰਦੇ ਦਾ ਪੁੱਤ ਬਣਾਉਣਾ ਹੈਨਾ ਉਹ ਤੈਨੂੰ ਪਤਾ ਹੀ ਆ ਫਿਰ ਕਿੱਦਾਂ ਨਾਲੇ ਤੇਰਾ ਕਿਰਦਾਰ ਮੈਂ ਸਾਰਿਆਂ ਨੂੰ ਦੱਸਾਂਗਾ ਤੂੰ ਸਿੱਧੂ ਮੂਸੇਵਾਲੇ ਦੀ ਜੁੱਤੀ ਵਰਗਾ ਵੀ ਨਹੀਂ ਟਾਈਗਰ ਤੇਰਾ ਕਿਰਦਾਰ ਮੈਂ ਦੱਸੂਗਾ ਸਾਰਿਆਂ ਨੂੰ ਤੈਨੂੰ ਅੰਦਰ ਵੀ ਕਰਾਉਂਗਾ ਤੇਰੇ ਤੇ ਪਰਚਾ ਵੀ ਦਰਜ ਕਰਵਾਉਂਗਾ ਤੈਨੂੰ ਮੈਂ ਛੱਡਦਾ ਨੀ ਕਾਨੂੰਨ ਤੋਂ ਉੱਤੇ ਅੱਜ ਤੱਕ ਜਿੰਦਾ ਨਮਕ ਖਾਧਾ ਤੂੰ ਨਮਕ ਹਰਾਮੀ ਕੀਤੀ ਹੈ ਟਾਈਗਰ ਤੂੰ ਪਹਿਲੇ ਸਿੰਘੇ ਨਾਲ ਵੀ ਆਹੀ ਕੁਛ ਕਰਕੇ ਆਇਆ ਠੀਕ ਹੈ ਨਾ ਮੈਂ ਆਪਣੀ ਗਲਤੀ ਮੰਨਦਾ ਕਿ ਮੈਂ ਤੇਰੀ ਮਦਦ ਕੀਤੀ ਮੈਨੂੰ ਨਹੀਂ ਪਤਾ ਸੀਗਾ ਤੂੰ ਜਿਹੜਾ ਭੋਲਾ ਜਿਹਾ ਬਣ ਜਾਂਦਾ ਨਾ ਕਿੰਨਾ ਤਕੜਾ ਸਿੰਘੇ ਨਾਲ ਲੜਦਾ ਸੀ ਉਹਦੇ ਪਿੱਛੇ ਦੇਖ ਲਓ ਸਿੰਘੇ ਨਾਲ ਅੱਜ ਫੋਨ ਨਹੀਂ ਚੁੱਕਦਾ ਇਹਦਾ ਵਾਹ ਤੇਰੇ ਫੋਨ ਤਾਂ ਚੁਕਾ ਲੈਣਗੇ ਕੋਰਟ ਹੈਗੀ ਅੱਜ ਬਥੇਰਾ ਕੁਛ ਹੈ ਇਹ ਪ੍ਰਿੰਕਲ ਲੁਧਿਆਣਾ ਉਹ ਹੈ ਜਿਹਨੂੰ ਅੱਧੀ ਆਵਾਜ਼ ਨਾਲ ਕਵਾਣਾ ਇੱਥੇ ਕਈ ਮੈਂ ਹੁਣ ਕੀ ਕਹਿਣਾ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਇੱਕ ਆਵਾਜ਼ ਦਵਾਂ ਤੇ ਹਜ਼ਾਰਾਂ ਬੰਦੇ ਇਕੱਠੇ ਹੋ ਜਾਂਦੇ ਪਿਆਰ ਕਰਨ ਵਾਲੇ ਤੂੰ ਕੀ ਚੀਜ਼ ਹੈ ਤੂੰ ਅੱਜ ਤੋਂ ਆਪਣੀ ਟਾਈਗਰ ਹਲਵਾਰਾ ਪੁੱਠੀ ਗਿਣਤੀ ਸ਼ੁਰੂ ਕਰ ਦੇ ਤੈਨੂੰ ਬਾਪੂ ਬਲਕੌਰ ਸਿੰਘ ਵੀ ਸਿੱਧੂ ਮੂਸੇਵਾਲੇ ਦੇ ਡੈਡੀ ਤੇ ਭਾਨੇ ਸਿੱਧੂ ਨੇ ਵੀ ਮੂੰਹ ਨਹੀਂ ਲਾਣਾ ਹੁਣ ਉਹਨਾਂ ਨੂੰ ਮੈਂ ਤੇਰੀ ਸਾਰੀ ਜੋ ਤੇਰੀ ਕਰਤੂਤ ਸੀ ਉਹਨਾਂ ਨੂੰ ਮੈਂ ਦੱਸ ਦਿੱਤੀ ਹੈ ਤੈਨੂੰ ਕਿਸੇ ਨੇ ਵੀ ਮੂੰਹ ਨਹੀਂ ਲਾਣਾ ਟਾਈਗਰ ਜੇ ਤੂੰ 4 ਸਾਲ ਇਹਦੇ ਨਾਲ ਖਾ ਕੇ ਇਹਦਾ ਨੀ ਹੋਇਆ ਤੂੰ ਇੱਕ ਗਾਣੇ ਚ ਗਾਣਾ ਲਾ ਕੇ ਉਹਨਾਂ ਦਾ ਹੋ ਜਾਏਗਾ ਮੈਂ ਤੇਰੇ ਉੱਤੇ ਜਾਣ ਦਾ ਮਤਲਬ ਇਹੀ ਆ ਵੀ ਫੇਮ ਆ ਠੀਕ ਆ ਤੂੰ ਕਾਮਯਾਬ ਹੋ ਅਸੀਂ ਆਪ ਚਾਹੁੰਦੇ ਹਾਂ ਜੇ ਤੇਰੇ ਚ ਇਹਨੂੰ ਕੁਛ ਦਿਖਦਾ ਸੀ ਉਹਨੇ ਤਾਂ ਤੇਰੇ ਤੇ ਪੈਸੇ ਲਾਏ ਨੇ ਪਰ ਜੇ ਤੂੰ ਹੁਣ ਮੰਨ ਲੈ ਵੀ ਜਿਹੜੇ ਬੰਦਾ ਤੈਨੂੰ ਉਂਗਲੀ ਫੜ ਕੇ ਤੁਰਨਾ ਸਿਖਾਇਆ ਤੂੰ ਅੱਜ ਉਹਦੇ ਉੱਤੇ ਥੁੱਕਦਾ ਪਿਆ ਉਹਦੇ ਉੱਤੇ ਗੱਲ ਨੀ ਚੱਕਦਾ ਪਿਆ ਉਹ ਤਾਂ ਫਿਰ ਉਹਦੇ ਕੋਲ ਕਾਨੂੰਨ ਦਾ ਸਹਾਰਾ ਹੈਗਾ ਹੀ ਅਗਲਾ ਪਰਚਾ ਦਰਜ ਹੋਊਗਾ ਮੇਰੇ ਕੋਲ ਸਾਰੇ ਡਾਕੂਮੈਂਟ ਪਏ ਆ 25 ਦਸੰਬਰ 2000 24 ਤੱਕ ਮੇਰੇ ਨਾਲ ਬੌਂਡ ਹੈ ਲਾਈਕ ਮਤਲਬ 5 ਦਿਨ ਘੱਟ 2025 ਤੱਕ ਹਲੇ ਤਾਂ 24 ਸਟਾਰਟ ਹੋਇਆ 2 ਸਾਲ ਲਈ ਮੇਰੇ ਕੋਲ ਬੌਂਡ ਹੈ ਤੇ ਜੋ ਵੀ ਇਹਦੇ ਜਿੰਨੇ ਗਾਣੇ ਇਹਨੇ ਪਾਏ ਮੈਂ ਸਾਰਿਆਂ ਤੇ ਆਪਣਾ ਦਾਵਾ ਠੋਕਾਂਗਾ 50% ਰਾਈਟ ਮੇਰੇ ਕੋਲ ਨੇ ਮੈਂ ਹੁਣ ਗੱਲਾਂ ਨੀ ਦੱਸਣੀਆਂ 90 ਲੱਖਾਂ ਦੇ ਹਿਸਾਬ ਨਾਲ ਬੰਦੇ ਦੇ ਪੈਸੇ ਲਾਏ ਇਹਨੂੰ ਦਿੱਤੇ ਵੀ ਹੈ ਸੋ ਸਾਰੀਆਂ ਗੱਲਾਂ ਬਸ ਬਾਪੂ ਬਲਕੌਰ ਸਿੰਘ ਜੀ ਨਾਲ ਵਧੀਆ ਮੇਰੀ ਗੱਲ ਹੋ ਗਈ ਉਹਨਾਂ ਨੂੰ ਮੈਂ ਜਿਹੜੀ ਸੱਚਾਈ ਸੀਗੀ ਉਹ ਦੱਸਦੀ ਵੀਡੀਓ ਪਾਉਣ ਦਾ ਮਕਸਦ ਇਹ ਹੈ ਵੀ ਕਿਤੇ ਹੋਰ ਜਦੋਂ ਕਿਸੇ ਬੰਦੇ ਦਾ ਫੇਮ ਆ ਜਾਂਦਾ ਨਾ ਜਿਵੇਂ ਹੁਣ ਇਹਨੇ ਸਿੱਧੂ ਮੂਸੇਵਾਲੇ ਦੇ ਡੈਡੀ ਵਾਲੇ ਉਹਨਾਂ ਨਾਲ ਅੰਕਲ ਨਾਲ ਵੀਡੀਓ ਕਰ ਲਈ ਹੁਣ ਹੋਰ ਕੰਪਨੀਆਂ ਨੂੰ ਹੋਏਗਾ ਵੀ ਅਸੀਂ ਟਾਈਗਰ ਨਾਲ ਗਾਣਾ ਕਰ ਲਈਏ ਧਿਆਨ ਰੱਖਿਓ ਜਿਹੜਾ ਵੀ ਟਾਈਗਰ ਹਲਵਾਰੇ ਨਾਲ ਗਾਣਾ ਕੱਢੂਗਾ ਉਸ ਚੈਨਲ ਨੂੰ ਮੈਂ ਨੋਟਿਸ ਭੇਜਾਂਗਾ ਬਾਪੂ ਬਲਕੌਰ ਸਿੰਘ ਨੂੰ ਨੋਟਿਸ ਤਾਂ ਨਹੀਂ ਭੇਜਣਾ ਕਿਉਂਕਿ ਉਹ ਮੇਰੇ ਆਪਦੇ ਫਾਦਰ ਨੇ ਠੀਕ ਹੈ ਟਾਈਗਰ ਹਲਵਾਰੇ ਦੇ ਖਿਲਾਫ ਮੈਂ ਕਾਨੂੰਨੀ ਕਾਰਵਾਈ ਨਾ ਹੁਣ ਭਾਨੇ ਨਾਲ ਤੇ ਨਾ ਬਾਪੂ ਜੀ ਨਾਲ ਠੀਕ ਹੈਗਾ ਸਿੱਧਮ ਸਿੱਧਾ ਅਸੀਂ ਮੂਸੇਵਾਲੇ ਦੇ ਹੱਕ ਚ ਰੈਲੀਆਂ ਵੀ ਕੱਢੀਆਂ ਅਸੀਂ ਪੋਸਟਾਂ ਵੀ ਪਾਈਆਂ ਸਾਡੀ ਗੱਡੀਆਂ ਤੇ ਵੀ ਉਹਦੇ ਫੋਟੋਆਂ ਨੇ ਅਸੀਂ ਉਹਦਾ ਬਹੁਤ ਵਧੀਆ ਬੰਦਾ ਸੀਗਾ ਭਾਨਾ ਵੀ ਵਧੀਆ ਕੰਮ ਕਰਦਾ ਪਰ ਜਿਹੜੀ ਤੂੰ ਨੀਚ ਹਰਕਤ ਕਰੀ ਹੈ ਪ੍ਰਿੰਕਲ ਲੁਧਿਆਣੇ ਨਾਲ ਤੂੰ ਟੈਗ ਹੈਗਾ ਬੌਂਡ ਹੈਗਾ ਇਹ ਤੈਨੂੰ ਮੰਨਣਾ ਹੀ ਪੈਣਾ ਇਹ ਤੈਨੂੰ ਕਾਨੂੰਨ ਆਪੇ ਜੁੱਤੀ ਦੇ ਤੌਰ ਤੇ ਫਿਰ ਮਨਾਉਗੀ ਥੋੜੀ ਦੇਰ ਚ ਤੈਨੂੰ ਨੋਟਿਸ ਵੀ ਭੇਜ ਰਿਹਾ ਤੇ ਥੋੜੇ ਦਿਨਾਂ ਦੇ ਵਿੱਚ ਤੇਰੇ ਤੇ FIR ਵੀ ਦਰਜ ਕਰਵਾਵਾਂਗਾ ਜਿਹੜੇ ਵੀ ਭਰਾ ਸਾਨੂੰ ਸਪੋਰਟ ਕਰਦੇ ਨੇ ਉਹ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਤੁਹਾਡਾ ਅਗਲੀ ਤੁਹਾਡੀ ਸਪੋਰਟ ਦੀ ਲੋੜ ਵੀ ਹੈ ਤੁਹਾਡੇ ਛੋਟੇ ਭਰਾ ਨੂੰ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਸੱਚਾਈ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਤੇ ਸਾਡਾ ਟਾਈਗਰ ਤੋਂ ਇਲਾਵਾ ਕਿਸੇ ਨਾਲ ਕੋਈ ਵਿਵਾਦ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ